मच्छर वे सबूत अंदर कपड़ा सुटा ना करके मच्छर जो उड़ा ਗੁਰਪ੍ਰੀਤ ਕੌਰ ਕੀ ਗੱਲ ਬਾਤ ਹੈ ਰਾਤ ਚੋਰੀ ਹੋਈ ਤੁਹਾਡੇ ਘਰ ਵਿੱਚ ਉਸ ਸਮੇਂ ਤੁਸੀਂ ਕਿੱਥੇ ਸੀ ਤੇ ਕੀ ਚੋਰੀ ਚੋਰੀ ਮੀਨਿੰਗ ਹਾਰ ਚਾਈਨੀ ਮੁੰਦਰੀ ਸੀਗੀ ਇੱਕ ਕੈਸ਼ ਵੀ ਸੀਗਾ ਉਹ ਚੱਕਿਆ ਗਿਆ ਸਾਰੇ ਦੇ ਹਾਂਜੀ ਤੁਸੀਂ ਕਿੱਥੇ ਤੁਹਾਨੂੰ ਕਿਵੇਂ ਪਤਾ ਲੱਗਿਆ ਪਤਾ ਹੀ ਨਹੀਂ ਲੱਗਾ ਜੀ ਆਪਾਂ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ ਆਪਾਂ ਦੂਜੇ ਕਮਰੇ 'ਚ ਸੀਗੇ ਹਾਂਜੀ ਕਿਸੇ ਦੇ ਕੋਈ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤੇ ਨਹੀਂ ਜੇ ਫਿਲਹਾਲ ਕਿਤੇ ਤੇ ਜਿਹੜੀ ਸੀਸੀਟੀਵੀ ਤੁਸੀਂ ਕਰਾਈ ਉਹਦੇ ਵਿੱਚ ਕਿੰਨੇ ਨੌਜਵਾਨ ਸੀ ਜਿਹੜਾ ਉਹ ਚੋਰ ਸੀ ਕਿੰਨੇ ਜਣੇ 21 ਸੀਗਾ ਜਿਹੜਾ ਚੋਰ ਆ ਤੁਹਾਡੇ ਘਰ ਕਿੱਦਾਂ ਐਂਟਰ ਹੋਇਆ ਉਹ ਕਿਵੇਂ ਲੱਗਦਾ ਤੁਸੀਂ ਕਿਵੇਂ ਲੱਗਦਾ ਸ਼ੱਕ ਕਿਵੇਂ ਲੱਗਦਾ ਉਹ ਮਨਿੰਗ ਕੋਠਿਆਂ ਦੇ ਉੱਪਰ ਦੀ ਹੋਈ ਆਇਆ ਵਾ ਸਿੱਧਾ ਨਹੀਂ ਮਨਿੰਗ ਇਦਾਂ ਕੰਧ ਟੱਪੀ ਕਿਹੜਾ ਦਰਵਾਜ਼ਾ ਟੁੱਟਿਆ ਹੋਇਆ ਜਿਹਦੇ ਨਾਲ ਅੰਦਰ ਐਂਟਰੀ ਕੀਤੀ ਦਰਵਾਜ਼ਾ ਉਹ ਜਾਲੀ ਵਾਲਾ सर मेरा नाम अमृतपाल सिंह है तो सर असी गए हाँ मैं हसबेंड तो मेरी वाइफ कल रात तकरीबन एक बजे का टाइम सी असी एक बजे ना वापस आ गए तो असी डेढ़ दो बजे ना दोवें जी सुते हैं तो असी सौ सौंद सारी खड़के की थोड़ी जी आवाज़ आई है हल्की जी पर असी नोटिस नहीं किया इस गल सवेरे जो उठ के देखा साढ़े घर कोई भी हाँ कोई समान नहीं रहा कोई गोल्ड वगैरह कोई ज्वेलरी वगैरह नहीं साढ़े घर रही कोई साढ़ा कैश नहीं रहा तुसी फिर पुलिस कंप्लेट लिखाई है तो पर हले तक कुछ पता नहीं जो लगा साढ़े घर च मैं मेरी मम्मी डैडी तो मेरी वाइफ जी नहीं उस टाइम घर नहीं जी सीसीटीवी सर बंदा ये पहचान नहीं आती कोई भी सीसीटीवी आया वा बंदा एक आया वा पर हाँ जी की जे पुलिस वाले आते भी लभ लें शक तो नहीं जे कि इस तरह किसी के कर सकते समान के घर के काफ़ी समान से एक मेरा चैन से दो चार मेरी मुंदरियाँ सी ते एक मेरी घर दी दा सैट ही एक मेरा फोन भी लै गए जे कैश कैश भी गया हाँ जी कैश भी जे किन्ना 30-40 हज़ार रुपये कैश जी घर दे विच तुहानू किवें किवें सवेरे उठ के वेख्या की टुट्टा होया सी जिन्ना उन्होंने चोर ने एंट्री अंदर कीती सर उन्हां साडे गेट ही साडा जाली वाला उहदी जाली पाड़ के उन्होंने विचों हाथ पा के फिर कुंडी खोली सी
ਕਰ ਦੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡਾ ਜਲਦ ਤੋਂ ਜਲਦ ਸਾਡਾ ਚੋਰ ਫੜਿਆ ਜਾਵੇ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੀ ਜਾਵੇ ਓਕੇ ਹਾਂਜੀ ਸਰ ਇੱਕ ਗਲਵਾਲੀ ਪਿੰਡ ਦੇ ਘਰ ਵਿੱਚ ਚੋਰੀ ਹੋਈ ਹੈ ਅਤੇ ਕੀ ਤਿਥੀ ਵੀ ਹੈ ਜੀ 19 ਤਰੀਕ ਨੂੰ ਸਮੇਂ ਐਮ 12ਵੇਂ ਮਹੀਨੇ 19 ਤਰੀਕ ਨੂੰ ਪਰਸੋਂ ਇਹਨਾਂ ਦੀ ਦਰਖਾਸਤ ਆਈ ਸੀ 10:30 ਵਜੇ 10:30 ਦਰਖਾਸਤ ਮੌਕਾ ਮੈਂ ਵੇਖਿਆ ਜਾ ਕੇ ਵੇਖਿਆ ਅਤੇ ਇੱਕ ਘਰ ਆ ਚਾਰ ਬੰਨਿਓ ਘੇਰਿਆ ਸਾਰੇ ਬੰਨਿਓ ਅਤੇ 2 ਕਮਰੇ ਆ 1 ਰਸੋਈ ਆ ਅਤੇ ਇੱਕ ਸਾਈਡ 'ਤੇ ਮੁੰਡਾ ਜਿਹੜਾ ਮੁੰਡਾ ਅੰਮ੍ਰਿਤਪਾਲ ਆ ਮੁੰਡਾ ਇਹਦੀ ਘਰ ਦੀ ਤਾਂ ਨਵਾਂ ਵਿਆਹ ਆ ਇਹ ਸੁੱਤੇ ਸੀ ਅਤੇ ਨਾਲ ਦਾ ਕਮਰਾ ਇੱਥੇ ਬੈੱਡ ਇਹਨਾਂ ਦੇ ਡੱਠੇ ਆ ਨਵੇਂ ਉੱਧਰ ਨਹੀਂ ਸੁੱਤੇ ਦੂਜੇ ਬੰਨੇ ਸੁੱਤੇ ਆ ਅਤੇ ਮਾਤਾ ਇਹਨਾਂ ਦੀ ਗਈ ਸਾਡੀ ਭੈਣ ਕੋਈ ਬਿਮਾਰ ਆ ਤਾਂ ਉੱਥੇ ਗਈ ਅਤੇ ਆਣ ਕੇ ਲਿਖਾਇਆ ਕਿ ਮੇਰਾ ਕੁਝ ਰੁਪਈਏ ਅਤੇ ਕੋਈ ਮੁੰਦਰੀਆਂ 2 ਆ ਉਹ ਕੋਈ ਨਾਮ ਨੂੰ ਮਤਲਬ ਵਿਅਕਤੀ ਲੈ ਗਿਆ ਅਤੇ ਜਿੰਦਾ ਜਿਹੜਾ ਉਹ ਸਵੇਰੇ ਜਿਹੜੀ ਗਰਿੱਲ ਆ ਉਹ ਟੁੱਟੀ ਸੀ ਥੋੜ੍ਹੀ ਕੁ ਆਹ ਕੀਤਾ ਇਹਨਾਂ ਦੇ ਹੁਣ ਜਿਹੜਾ ਇਹਦਾ ਮੋਬਾਇਲ ਉਹ ਵੀ ਚੋਰੀ ਹੋਇਆ ਮੋਬਾਇਲ ਉਹ ਚੱਲਦਾ ਸੀ ਉਹ ਇਹ ਲੋਕੇਸ਼ਨ 'ਤੇ ਲਾਇਆ ਲੋਕੇਸ਼ਨ 'ਤੇ ਜਦੋਂ ਆ ਰਿਪੋਰਟ ਆ ਗਈ ਸਾਨੂੰ ਸਾਈਬਰ ਕ੍ਰਾਈਮ ਵੱਲੋਂ ਫਿਰ ਜੋ ਕਾਰ ਵੀ ਅਮਰੋਜ ਲਿਆਉਂਦੀ ਜਾਊਗੀ ਜੋ ਕਾਰ ਲਿਆਉਂਦੀ ਜਾਊ ਅਮਰੋਜ ਕਰਕੇ ਮੁੜ ਕੇ ਪਰਚਾ ਦੇਵਾਂਗੇ ਫਿਰ ਜਿਹੜਾ ਦੋਸ਼ੀ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਅੰਦਰ ਤਾਂ